ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆ ਜੀ ਆਫ ਨੂੰ ਮਾਰਿਆ ਬਹਿਰੇਮੀ ਨਾਲ ਜੀ ਹਾਂ ਪਹਿਲਾ ਉਸ ਦਾ ਗਲਾ ਘੋਟਿਆ ਫਿਰ ਨਹਿਰ ਚ ਡੋਬੀ ਤਾਂ ਵੀ ਨਹੀਂ ਮਰੀ ਤਾਂ ਲਾਤੀ ਅੱਗ ਤਾਜ਼ਾ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਨੂੰ ਬਹਿਰੇਮੀ ਨ ਮੋਦੇ ਕੱਟਾ ਦਿੱਤਾ ਗਿਆ ਹਵਾਨ ਨਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰਦਿਆਂ ਹੋਇਆ ਉਸ ਹਵਾਨ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਹਿਲਾ ਮੁਲਜ਼ਮ ਨੇ ਕੁੜੀ ਦਾ ਡਿਬੱਟੇ ਨਾਲ ਗਲਾ ਘੋੜ ਦਿੱਤਾ ਫਿਰ ਨਹਿਰ 'ਚ লাশ ਨਾਲ ਰੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਇਸ 'ਚ ਉਹ ਸਫਲ ਨਾ ਹੋਇਆ ਤਾਂ ਉਸਨੇ ਆਪਣੇ ਦੋਸਤਾਂ ਨੂੰ ਸਾਧ ਕੇ ਆਪਣੀ ਸਟੱਡੀ ਫਾਰਮ ਤੱਕ ਪਹੁੰਚਾਇਆ ਤੇ ਉੱਥੇ লাশ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਹ ਵੀ ਨਾ ਹੋ ਸਕਿਆ ਤਾਂ ਉਸਨੇ ਜੈਸਵੀ ਮਸ਼ੀਨ ਕਿਰਾਏ ਤੇ ਮੰਗਵਾਈ ਤਾਂ ਗੱਡਾ ਗਾੜ ਕੇ লাশ ਨੂੰ ਦਫਨਾ ਦਿੱਤਾ। ਮੁਲਜ਼ਮ ਨੇ ਸੁਦਰਮ ਦੇ ਪਿੰਡ ਬੋਪਾਰਾਏ ਵਿੱਚ ਬੱਚੇ ਨੂੰ ਦਰਦਾ ਦਿੱਤਾ। دہਾਂਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਫਿਲਹਾਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਲਾਸ਼ ਨੂੰ ਜ਼ਮੀਨ ਤੋਂ ਬਾਹਰ ਕੱਢ ਰਹੀ ਹੈ ਮ੍ਰਿਤਕ ਲੜਕੀ ਜਿਸ ਪਿੰਦਰਕੌਰ 24 ਨਵੰਬਰ ਨੂੰ ਘਰ ਤੋਂ ਬਾਹਰ ਗਈ ਸੀ ਤੇ ਲਾਪਤਾ ਹੋ ਗਈ ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਦੇਖਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ ਮੁਲਜ਼ਮ ਦੇ ਭਰਾ ਤੋਂ ਸਾਰੀ ਕੱਢਣ ਦਾ ਪਤਾ ਚੱਲਿਆ ਸ਼ਿਕਾਇਤ ਵਿੱਚ ਕੁੜੀ ਦੇ ਭਰਾ ਨੇ ਦੱਸਿਆ ਕਿ 24 ਨਵੰਬਰ ਨੂੰ ਉਸਦੇ ਪਿਤਾ ਖੇਤ ਚ ਗਏ ਹੋ ਸਾਮ ਤਾਂ ਉਸ ਦੀ ਮਾਤਾ ਸਕੂਲ ਜੁ ਪੜਾਉਣ ਗਏ ਸੀ ਇਸ ਦੌਰਾਨ ਜਿਸ ਪਿੰਦਰਕੌਰ ਕੋਰ ਘਰੋਂ ਬਾਹਰ ਤੁਲਦਾ ਸੋਨਾ ਤੇ ਵੀਰ ਭਏ 20000 ਰੁਪਏ ਲੈ ਕੇ ਪ੍ਰੀਤਮ ਪਰਮਪ੍ਰੀਤ ਸਿੰਘ ਪਰਮ ਦੇ ਕੋਲ ਚਲੀ ਗਈ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਏਜੀਸੀ ਕੋਸ਼ਪੁੱਤ ਸ਼ਰਮਾ ਨੇ ਦੱਸਿਆ ਹੈ ਕਿ ਲੜਕੀ ਦਾ ਪ੍ਰੇਮ ਪ੍ਰਿਤ ਸਿੰਘ ਨਾਲ ਫੇਰ ਚੱਲ ਰਿਹਾ ਸੀ ਲੜਕੀ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਪਰਮਪ੍ਰੀਤ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਇਸ ਕਾਰਨ ਮੁਲਜ਼ਮ ਨੇ ਲੜਕੇ ਦਾ ਕਤਲ ਕਰ ਦਿੱਤਾ ਪੁਲਿਸ ਨੇ ਮੁਲਾਜ਼ਮਾ ਖਿਲਾਫ ਕੇਸ ਦਰਜ ਕੀਤਾ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਬਾਕੀ ਦੀ ਜਾਂਚ ਅਜੇ ਚੱਲ ਰਹੀ ਹੈ ਬਾਕੀ ਖਬਰਾਂ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ